ਨੰਗਲ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦਰਿਆ ਦੇ ਵਿੱਚ ਡੁੱਬਣ ਦੇ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਦੋਵੇਂ ਬੱਚੇ ਪਿੰਡ ਦੇ ਵਿੱਚ ਬਿਜਲੀ ਦਾ ਕੱਟ ਲੱਗਣ ਦੇ ਕਾਰਨ ਨਹਾਉਣ ਗਏ ਸਨ ਅਤੇ ਗੁਰਦੁਆਰਾ ਕਾਠ ਸਾਹਿਬ ਦੇ ਵਿੱਚ ਉਹ ਜਦੋਂ ਨਹਾਉਣ ਦੇ ਲਈ ਉਤਰਦੇ ਹਨ ਤਾਂ ਅਚਾਨਕ ਪੈਰ ਫਿਸਲਣ ਦੇ ਕਾਰਨ ਇੱਕ ਬੱਚਾ ਪਾਣੀ ਦੇ ਵਿੱਚ ਜਾ ਡੁੱਬਦਾ ਹੈ। ਜਿਸ ਨੂੰ ਬਚਾਉਣ ਦੇ ਲਈ ਜਦੋਂ ਦੂਸਰਾ ਬੱਚਾ ਉਸਦੇ ਮਗਰ ਜਾਂਦਾ ਹੈ ਤਾਂ ਉਸ ਬੱਚੇ ਦੀ ਵੀ ਪਾਣੀ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਦੋਵੇਂ ਬੱਚਿਆਂ ਦੀ ਪਹਿਚਾਣ ਵੰਸ਼ ਅਤੇ ਹਰਸ਼ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ ਮਹਿਜ 15 ਅਤੇ 17 ਸਾਲ ਸੀ, ਜਿਹੜੇ ਕਿ ਬੀਤੀ ਦਿਨੀ ਦਰਿਆ 'ਤੇ ਨਹਾਉਣ ਗਏ ਸਨ ਅਤੇ ਦੋਵੇਂ ਰੱਬ ਨੂੰ ਪਿਆਰੇ ਹੋ ਗਏ। ਇਸ ਘਟਨਾ ਦੀ ਸੂਚਨਾ ਮਗਰੋਂ ਪੁਲਿਸ ਨੂੰ ਦਿੱਤੀ ਗਈ। ਪ੍ਰਸ਼ਾਸਨ ਦੇ ਵੱਲੋਂ ਮੌਕੇ 'ਤੇ ਗੋਤਾਖੋਰਾਂ ਨੂੰ ਬੁਲਾਇਆ ਗਿਆ, ਜਿਨ੍ਹਾਂ ਦੀ ਮਦਦ ਦੇ ਨਾਲ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਬੱਚੇ ਦੇ ਪਿਤਾ ਦੁਆਰਾ ਵੀ ਕਿਹਾ ਜਾ ਰਿਹਾ ਹੈ ਕਿ ਬੱਚੇ ਦੀ ਅਣਗਹਿਲੀ ਹੈ, ਬੱਚਾ ਕਦੇ ਉਹਨਾਂ ਦਾ ਬਾਹਰ ਨਹੀਂ ਸੀ ਗਿਆ ਅਤੇ ਬੱਚੇ ਦੀ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਨੇ ਜਿਹੜੇ ਸਦਮੇ ਦੇ ਵਿੱਚ ਹਨ। ਮੇਰਾ ਮੁੰਡਾ ਥਾ ਸਵੇਰ ਦੇ ਸ਼ਟਰ ਲਾ ਰਹੇ, ਛੁੱਟੀ ਹੋਈ ਅਤੇ ਮੇਰੇ ਦੁਕਾਨ ਪਰ ਮੇਰੇ ਨਾਲ ਰਹਿੰਦਾ ਤਾ, ਵੈਲਡਿੰਗ ਦਾ ਕੰਮ ਤਾਂ ਆਪਣਾ, ਛੁੱਟੀਆਂ 'ਚ ਮੇਰੇ ਨਾਲ ਮੇਰੇ ਕੋਲ ਆ ਰਿਹਾ ਕੰਮ ਨੂੰ, ਬਾਕੀ ਟਿਊਸ਼ਨ 'ਤੇ ਜਾਂਦਾ ਤਾ ਆਉਂਦਾ ਤਾ, ਇੱਧਰ ਕਦੀ ਆਏ ਨਹੀਂ ਜ਼ਿੰਦਗੀ ਨਾਲ, ਨਹਿਰ ਪਰ ਨਾ ਕਦੀ ਕੋਈ ਯਾਰ ਦੋਸਤ ਨਹੀਂ, ਬਸ ਭਰਾ ਦੇ ਮੁੰਡੇ ਦਾ ਕੋਈ ਯਾਰ ਦੋਸਤ ਆਇਆ ਹੁਣ ਉੱਥੇ ਅੱਡਾ ਉਹਨੂੰ ਦੇਖਣਗੇ, ਉਹਦੇ ਨਾਲ ਚੱਲ ਗਏ ਇਕੱਠੇ ਹੋ ਕੇ, ਉਸ ਤੋਂ ਇੱਧਰ ਉਹਦੇ ਬਾਅਦ ਇੱਧਰ ਆ ਗਏ, ਉਤਰਨਾ ਵੀ ਨਹੀਂ ਆਉਂਦਾ, ਗਲਤ ਹੈ ਉਤਰਨਾ ਆਉਂਦਾ ਵੀ ਬੰਦਾ ਵਿੱਚ, ਬਸ ਗਏ ਆ ਥੱਲੇ ਕਰਦੇ ਰਹੇ ਹੁਣ ਅੱਗੇ ਦੇਖ ਪਾਣੀ ਕਿੰਨਾ ਡੂੰਘਾ, ਅੱਗੇ ਯਾਰ ਦੋਸਤ ਕਰਦੇ ਹੁਣ, ਬਸ ਵਿੱਚ ਉੱਤਰ ਗਿਆ ਜਨ, ਇੱਕ ਹੋਰ ਬੇਚਾਰਾ ਇੱਥੇ ਹੋਰ ਉਹਨੂੰ ਨਹਾਇਆ ਕਰਦੇ, ਉਹ ਬਚਾਉਣ 'ਚ ਉੱਤਰ ਗਿਆ ਨਾਲ ਉਹਨੂੰ, ਉਹ ਗਏ ਫਿਰ ਦੋਨੇ ਗਏ, ਨਾ ਉਹਦਾ ਕੋਈ ਯਾਰ ਦੋਸਤ ਨਾ ਕੁਛ ਨਹੀਂ, ਪੜ੍ਹਨਾ ਲਿਖਣਾ ਆਉਣਾ ਜਾਣਾ ਸਕੂਲ 'ਤੇ, ਬਾਕੀ ਕੰਮ ਦੁਕਾਨ ਪਰ ਮੇਰੇ ਨਾਲ, ਦਸਵੀਂ ਪੇਪਰ ਪਾਸ ਹੋ ਕੇ ਹਟਿਆ ਹੁਣ ਪਲੱਸ ਵਨ 'ਚ ਹਾਈ ਸਕੂਲ ਦਾ ਪਾਇਆ ਤਾ, ਬੱਚੇ ਤਿੰਨ ਤੇ ਇੱਥੇ ਆਏ ਵੀ ਮੇਰੇ ਸਕੇ ਭਰਾ ਦਾ ਮੁੰਡਾ ਬੜੇ ਦਾ ਗਬਲੇ ਦਾ, ਇੱਕ ਚਾਚੇ ਦਾ ਮੁੰਡਾ ਆਏ, ਇੱਕ ਉਹ ਥਾ, ਇੱਕ ਉਹ ਅਰਸ਼ ਆ ਗਿਆ ਨਾਲ, ਨਹਾਉਣਾ ਵੀ ਨਹੀਂ ਉਤਰਨਾ ਵੀ ਨਹੀਂ ਆਉਂਦਾ, ਨਾ ਹੀ ਕਦੀ ਆਇਆ ਗਿਆ ਕਦੀ ਵੀ ਨਹੀਂ, ਇੱਥੇ ਖੁੱਲ੍ਹਾ ਘਾਟ ਹੈ ਨਾ ਕੋਈ, ਇੱਥੇ ਕੋਈ ਅਬਲ ਤਾਂ ਆਉਣਾ ਨਹੀਂ ਚਾਹੀਦਾ, ਖੁੱਲ੍ਹੇ ਦਰਿਆ ਆ ਗਿਆ ਇੱਥੇ ਤਾਂ ਆਉਣਾ ਨਹੀਂ ਚਾਹੀਦਾ ਨਾਲ, ਕਿਸੇ ਨੂੰ ਵੀ ਨਹੀਂ ਆਉਣਾ ਚਾਹੀਦਾ, ਇਹ ਖੁੱਲ੍ਹਾ ਘਾਟ ਹੈ, ਜਾਂ ਤਾਂ ਇੱਥੇ ਜੰਗਲਾਂ ਰੇਲਿੰਗ ਕੁਛ ਬਣੀ ਹੋਈ ਤਾਂ ਬੰਦਾ ਅੰਦਰ ਪਿੰਜਰੇ ਦੀ ਥੋੜ੍ਹੀ ਸੇਫਟੀ ਹੁੰਦੀ ਹੈ, ਇਹ ਖੁੱਲ੍ਹਾ ਘਾਟ ਹੈ ਤਾਂ ਫਿਰ ਤਾਂ ਆਪੇ ਫਿਰ ਕਦਰ ਦੀ ਘੰਟੀ ਹੈ, ਮੌਤ ਨੂੰ ਦਾਵਤ ਹੈ ਜੀ। ਹਾਂਜੀ ਕਮਲ ਦਿਓ ਜਾਣਕਾਰੀ, ਕਿੰਨੇ ਟਾਈਮ 'ਚ ਜਿਹੜੀਆਂ ਬੁੜੀਆਂ ਰਿਕਵਰ ਹੋਈਆਂ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੈ ਕਿ ਲਗਭਗ ਇੱਕ ਘੰਟਾ ਪਹਿਲਾਂ ਜਿਹੜੇ ਹੈ ਦੋ ਬੱਚਿਆਂ ਦੀ ਮੌਤ ਹੋਈ ਸੀਗੀ ਨੰਗਲ ਡੈਮ ਦੇ ਇਲਾਕੇ ਦੇ ਵਿੱਚ, ਪੁਰਾਣੇ ਗੁਰਦੁਆਰੇ, ਅਤੇ ਇੱਕ ਮੁੰਡਾ ਨਿੱਕੂ ਨੰਗਲ ਦਾ ਸੀਗਾ ਅਤੇ ਦੂਜਾ ਜਿਹੜਾ ਹੈਗਾ ਪੁਰਾਣੇ ਗੁਰਦੁਆਰੇ ਦਾ ਦੱਸਿਆ ਜਾ ਰਿਹਾ ਰਹਿਣ ਵਾਲਾ, ਅਤੇ ਉਹਨਾਂ ਦੀ ਉਮਰਾਂ ਵੀ ਲਗਭਗ 15-16 ਸਾਲ ਦੇ ਕਰੀਬ ਹੈ ਅਤੇ ਬੱਚੇ ਹੀ ਹੈ, ਅਤੇ ਹੁਣ ਥੋੜ੍ਹੀ ਦੇਰ ਪਹਿਲਾਂ ਇੱਥੇ ਸਰਚ ਸ਼ੁਰੂ ਹੋਈ ਸੀਗੀ ਅਤੇ ਦੋਨੋਂ ਡੈੱਡ ਬੋਡੀਆਂ ਨੂੰ ਰਿਕਵਰ ਕਰ ਲਿਆ ਗਿਆ ਹੈ ਅਤੇ ਕੁਛ ਦੇਰ ਪਹਿਲਾਂ ਹੀ ਹੁਣ ਡੈੱਡ ਬੋਡੀਆਂ ਨੂੰ ਬਾਹਰ ਕੱਢਿਆ ਗਿਆ ਹੈ, ਅਤੇ ਇਸ ਨਿਊਜ਼ ਦੇ ਰਾਹੀਂ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਇਹਨਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੇ ਹੈਗੇ ਮੌਤਾਂ ਹੋ ਰਹੀਆਂ ਹੈ ਅਤੇ ਬੱਚੇ ਜਿਹੜੇ ਆ ਗਰਮੀਆਂ ਦੇ ਜਦੋਂ ਦੁਪਹਿਰ ਨੂੰ ਗਰਮੀ ਪੈਂਦੀ ਹੈ ਅਤੇ ਦਰਿਆਵਾਂ ਅਤੇ ਨਹਿਰਾਂ 'ਤੇ ਆ ਕੇ ਨਹਾਉਂਦੇ ਨੇ ਅਤੇ ਉੱਥੇ ਆ ਕੇ ਇਸ ਤਰ੍ਹਾਂ ਦੇ ਹਾਦਸੇ ਹੋ ਜਾਂਦੇ ਆ। ਚੜ੍ਹਦੀ ਕਲਾ ਟਾਈਮ ਟੀਵੀ ਲਈ ਨੰਗਲ ਤੋਂ ਬੁੱਧ ਸਿੰਘ ਰਾਣਾ ਦੀ ਰਿਪੋਰਟ।